ਅੱਜ ਪੰਜਾਬ ਸਿੰਗਰਾਂ ਦੀਆਂ ਕੰਟਰੋਵਰਸੀਆਂ ਸੁਣਨ ਦਾ ਹੀ ਆਦੀ ਰਹਿ ਗਿਆ। ਕਰਦਾ ਮੂਸੇ ਵਾਲਾ ਹਵਾ, ਕਰਦਾ ਨਹੀਂ ਕਰਨ ਔਜਲਾ ਹੈ ਵੀਰੇ, ਇਹ ਚੀਜ਼ ਹੀ ਮਤਲਬ ਸਿਸਟਮ ਨੂੰ ਖਰਾਬ ਕਰ ਰਹੀਆਂ ਨੇ। ਤੁਸੀਂ ਦੇਖੋ ਕਿ ਕੁਝ ਮੂਸੇ ਵਾਲਾ, ਕੁਝ ਕਰਨ ਔਜਲਾ, ਕੋਈ ਸਿੱਪੀ ਗਿੱਲ, ਕੋਈ ਕੁਛ ਕੋਈ ਕੁਛ, ਇਹ ਵੱਖ ਵੱਖ ਗਰੁੱਪ, ਇਹ ਲੋਕ ਵੀ ਵੰਡੇ ਜਾ ਰਹੇ ਆ। ਇਹ ਤਾਂ ਨੰਗੇ ਹੋ ਗਏ ਸਾਲੇ, ਖਾ ਖਾ ਕੇ ਮੁਕਰੀ ਜਾਂਦੇ ਆ। ਇਹੀ ਜੀ ਗੱਲ ਨਹੀਂ ਕਿ ਸਾਰੀ ਇੰਡਸਟਰੀ ਮਾੜੀ ਆ, ਬਹੁਤ ਸਿੰਗਰ ਹੈਗੇ ਨੇ। ਹੁਣ ਮੈਂ ਪਿੱਛੇ ਜੇ ਕੱਲ੍ਹ ਸੁਣ ਰਿਹਾ ਸੀ, ਮੈਨੂੰ ਕਿਸੇ ਦੋਸਤ ਨੇ ਗਾਣਾ ਭੇਜਿਆ, ਬੱਬੂ ਮਾਨ ਦਾ ਗਾਣਾ ਹੈ ਕਲਿੱਕਾਂ, ਉਹਦੇ ਵਿੱਚ ਉਹਨੇ ਬਹੁਤ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਗੱਲ ਕੀਤੀ ਹੈ, ਨਰਿੰਦਰ ਮੋਦੀ ਦੀ ਗੱਲ ਕੀਤੀ ਹੈ ਕਿ ਕਿਵੇਂ ਸਾਰਾ ਮੀਡੀਆ ਜਿਹੜਾ ਵਿਕ ਚੁੱਕਿਆ, ਅਤੇ ਜਿਹੜਾ ਅੱਜ ਦੇ ਸਮੇਂ ਰਵੀਸ਼ ਕੁਮਾਰ ਹੈ ਉਹ ਸਿਰਫ ਇਕੱਲਾ ਉਹੀ ਹੈ ਜਿਹੜਾ ਸੱਚ ਦੀ ਗੱਲ ਕਰ ਰਿਹਾ। ਮੇਨ ਗੱਲ ਤਾਂ ਵੀਰੇ ਇਹੀ ਹੈ, ਉਹ ਆਪਸ 'ਚ ਮਤਲਬ ਫੇਮਸ ਹੋਣ ਦੇ ਮਾਰੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ, ਕਿ ਤਾਂ ਵਿੱਚੋਂ ਵਿੱਚ ਉਹਨਾਂ ਦੀ ਆਪਸ 'ਚ ਬਣਦੀ ਹੋਵੇ। ਜੇ ਆਪਾਂ ਸਟੇਟ ਦੀਆਂ ਨੀਤੀਆਂ ਦੇਖੀਏ ਅੱਜ ਦੇ ਵਿੱਚ, ਅੱਜ ਦੇ ਸਮੇਂ ਦਾ ਜਿਹੜਾ ਸਭ ਤੋਂ ਕਰੰਟ ਇਸ਼ੂ ਹੈ, ਜਿਹੜਾ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਆਇਆ ਹੈ, ਸਾਡੇ ਪੰਜਾਬ ਦੇ ਯੂਥ ਨੂੰ ਇਕੱਠਾ ਹੋ ਕੇ ਜਦੋਂ ਕਿ ਉਹਦਾ ਵਿਰੋਧ ਕਰਨਾ ਚਾਹੀਦਾ ਸੀ, ਅਤੇ ਅਸੀਂ ਅੱਜ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਉਹਨਾਂ ਬੰਦਿਆਂ ਦੀ ਕੰਟਰੋਵਰਸੀ ਦੀ ਗੱਲ ਕਰ ਰਹੇ ਹਾਂ। ਅੱਜ ਤਾਂ ਮੈਂ ਇਹ ਮੰਨਦਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ 60-70% ਗਾਇਕ ਉਹ ਨੇ ਜਿਹੜੇ ਅਖਾੜੇ ਲਾ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਤੁਸੀਂ ਜੇ ਗਾਣਾ ਸੁਣ ਲਓਗੇ ਤਾਂ ਡੱਬ ਕੀਤਾ ਹੋਇਆ ਗਾਣਾ, ਬਲਕਿ ਐਡਿਟ ਕੀਤਾ ਹੋਇਆ ਬਿਲਕੁਲ, ਜਿਹੜੇ ਉਹਦੇ ਵਿੱਚੋਂ ਮਤਲਬ ਕਿ ਜੋ ਹੈਗਾ ਗਾ ਸਾਰਾ ਸਿਸਟਮ ਉਹਦੇ ਵਿੱਚੋਂ ਬਣਾ ਕੇ ਗਾਣਾ ਤੁਹਾਡੇ ਸਾਹਮਣੇ ਐਵੇਂ ਪੇਸ਼ ਕੀਤਾ ਜਾਂਦਾ ਕਿ ਬਹੁਤ ਸੋਹਣੀ ਆਵਾਜ਼ ਹੈ ਅਤੇ ਬਹੁਤ ਸੋਹਣਾ ਸਿੰਗਰ ਹੈ, ਪਰ ਜਦੋਂ ਤੁਸੀਂ ਉਹਨੂੰ ਲਾਈਵ ਸੁਣਦੇ ਹੋ ਤਾਂ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਯਾਰ ਇਹ ਸਿੰਗਰ ਹੈ। ਬਟ ਹਾਂ, ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਅਬਿਊਜ਼ ਲੈਂਗੁਏਜ ਕਦੇ ਵੀ ਯੂਜ਼ ਨਹੀਂ ਕਰਨੀ ਚਾਹੀਦੀ, ਚਾਹੇ ਉਹ ਸੋਸ਼ਲ ਮੀਡੀਆ, ਚਾਹੇ ਉਹ ਤੁਹਾਡੀ ਰੀਅਲ ਲਾਈਫ ਹੈ। ਅਬਿਊਜ਼ ਲੈਂਗੁਏਜ ਦਾ ਕੰਟਰੋਵਰਸੀ ਨਾਲ ਠੀਕ ਹੈ, ਬਹੁਤ ਸਾਰਾ ਕਨੈਕਟ ਆ, ਬਟ ਕਰਨੀ ਨਹੀਂ ਚਾਹੀਦੀ ਯੂਜ਼। ਪਰ ਅੱਜ ਦੇ ਸਮੇਂ ਜਿਹੜੀ ਗਾਇਕ ਦੀ ਪੜਚੋਲ ਕੀਤੀ ਜਾਂਦੀ ਹੈ ਉਹ ਹੋਰ ਚੀਜ਼ਾਂ ਨੂੰ ਕੀਤੀ ਜਾਂਦੀ ਹੈ ਵੀ ਉਹ ਕੱਪੜੇ ਕਿਵੇਂ ਦੇ ਪਾਉਂਦਾ ਹੈਗਾ ਜੀ, ਉਹ ਬੋਲਦਾ ਕਿਸ ਢੰਗ ਦੇ ਨਾਲ, ਕਿ ਉਹ ਸਟੇਜ 'ਤੇ ਖੜ ਕੇ ਗਾਲਾਂ ਕੱਢਦਾ ਕਿ ਨਹੀਂ ਕੱਢਦਾ, ਹੇਅਰ ਸਟਾਈਲ ਕਿੱਦਾਂ ਦਾ, ਡਰੈਸਿੰਗ ਸੈਂਸ ਕਿੱਦਾਂ ਦੀ ਆ, ਇਹਨਾਂ ਚੀਜ਼ਾਂ ਤੋਂ ਮਤਲਬ ਗਾਇਕ ਦੇ ਅੰਦਾਜ਼ੇ ਲਾਏ ਜਾਂਦੇ ਨੇ। ਸਭ ਤੋਂ ਪਹਿਲੀ ਜਿਹੜੀ ਅੱਗ ਚੱਕੀ ਹੈ, ਸਭ ਤੋਂ ਪਹਿਲੀ ਅੱਗ ਮੀਡੀਆ ਹੈ ਕਿ ਇੱਕ ਨੇ ਗਾਇਆ, ਅਗਲੇ ਨੇ ਸ਼ੇਅਰ ਕੀਤਾ, ਹਾਂ ਵੀ ਇਹਦੇ 'ਚ ਕਮੈਂਟ ਲਾਈਕ ਦੱਸੋ, ਉੱਥੇ ਲੋਕ ਬਕਵਾਸ ਕਰਦੇ ਆ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ, ਉਸ ਤੋਂ ਬਾਅਦ ਗਾਂ ਨਫ਼ਰਤ ਪੈਦਾ ਹੁੰਦੀ ਹੈ। ਤੁਸੀਂ ਸ਼ਾਇਦ ਆ ਪਿੱਛੇ ਹੀ ਹੋਇਆ ਰੰਮੀ ਰੰਧਾਵਾ ਦੇ ਅਲੀ ਮੰਗਟ, ਕਿ ਦੋਵੇਂ ਮਤਲਬ ਚੰਗੇ ਸਿੰਗਰ ਹੈ, ਆਪਸ 'ਚ ਕੋਈ ਗੱਲ ਹੋਈ, ਆਪਸੀ ਮੀਡੀਆ ਨੇ ਚੱਕ ਲਈ, ਮੀਡੀਆ ਤੋਂ ਮੰਡੀਰ ਕੋਲ ਆ ਗਈ, ਮੰਡੀਰ ਤੋਂ ਬਾਅਦ ਗਰੁੱਪ ਆ ਇੰਸਟਾਗ੍ਰਾਮ ਜੋ ਵੀ ਸੋਸ਼ਲ ਸਾਈਟਾਂ ਲੋਕ ਯੂਜ਼ ਕਰਦੇ ਉਹਨਾਂ 'ਤੇ ਪੈ ਗਈ, ਉਹਨਾਂ ਦੀ ਕਿੱਡੀ ਵੱਡੀ ਲੜਾਈ ਹੋਈ, ਲੋਕਾਂ ਦਾ ਕੁਛ ਨਹੀਂ ਗਿਆ, ਉਹ ਆਪ ਅੱਜ ਕੱਲ੍ਹ ਥਾਣਿਆਂ ਕਚਹਿਰੀਆਂ 'ਚ ਭੁਗਤਦੇ ਫਿਰਦੇ ਆ। ਦੋਸਤੋ, ਵੈਸੇ ਤਾਂ ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ, ਪਰ ਅੱਜ ਕੱਲ੍ਹ ਇਹ ਕਲਾਕਾਰਾਂ ਦੇ ਆਪਸੀ ਸ਼ਬਦੀ ਮੈਦਾਨੇ ਜੰਗ ਬਣ ਚੁੱਕਿਆ। ਜੇਕਰ ਅਸੀਂ ਗੱਲ ਕਰੀਏ ਪੰਜਾਬੀ ਸੰਗੀਤ ਇੰਡਸਟਰੀ ਦੀ, ਤਾਂ ਕੁਝ ਇਦਾਂ ਦੇ ਹਾਲਾਤ ਸਾਨੂੰ ਅੱਜ ਵੇਖਣ ਨੂੰ ਮਿਲ ਰਹੇ ਨੇ। ਨੈਪੋਲੀਅਨ ਨੇ ਕਿਹਾ ਸੀ ਕਿ ਮੈਨੂੰ ਤੁਹਾਡੇ ਸਮਾਜ ਦੇ ਚੱਲ ਰਹੇ 5 ਗੀਤਾਂ ਬਾਰੇ ਦੱਸੋ, ਮੈਂ ਤੁਹਾਨੂੰ ਤੁਹਾਡੇ ਸਮਾਜ ਦਾ ਭਵਿੱਖ ਦੱਸੂੰਗਾ। ਅਤੇ ਜੇਕਰ ਅਸੀਂ ਅੱਜ ਆਪਣੇ ਪੰਜਾਬੀ ਇੰਡਸਟਰੀ ਦੇ ਸੰਗੀਤ ਨੂੰ ਦੇਖੀਏ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਭਵਿੱਖਬਾਣੀ ਕਰਨ ਦੀ ਲੋੜ ਹੈ, ਸਾਨੂੰ ਖੁਦ ਪਤਾ ਕਿ ਸਾਡਾ ਭਵਿੱਖ ਕੀ ਹੋਵੇਗਾ। ਅਤੇ ਇਸ ਪੰਜਾਬੀ ਸੰਗੀਤ ਦੀ ਜੋ ਕੌਂਟਰਵਰਸੀ ਸਿੰਗਰਾਂ ਦੀ ਆਪਸ ਦੇ ਵਿੱਚ ਚੱਲ ਰਹੀ ਹੈ, ਇਸ ਦੇ ਬਾਰੇ ਅਸੀਂ ਜਾਣਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਤੋਂ ਕਿ ਇਹ ਅਸਲ ਵਿੱਚ ਵੀ ਹੁੰਦੇ ਨੇ ਜਾਂ ਫਿਰ ਇਹ ਇੱਕ ਗਾਣਾ ਹਿੱਟ ਕਰਾਉਣ ਦਾ ਸਟੰਟ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ, ਆਓ ਇਹਨਾਂ ਦੀ ਰਾਏ ਲੈਂਦੇ ਆ ਜਿਹੜੀ ਕੌਂਟਰਵਰਸੀ ਅੱਜ ਕੱਲ੍ਹ ਚੱਲ ਰਹੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਅੱਜ ਕੱਲ੍ਹ ਜਿਹੜੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਚੱਲ ਰਹੀਆਂ ਨੇ ਕੌਂਟਰਵਰਸੀਆਂ, ਸਪੈਸ਼ਲੀ ਸਿੰਗਰਾਂ ਦੀ ਅੱਜ ਕੱਲ੍ਹ ਸਾਨੂੰ ਆਮ ਵੇਖਣ ਨੂੰ ਮਿਲ ਰਹੀਆਂ ਨੇ, ਤਾਂ ਇਹਦੇ ਬਾਰੇ ਤੁਹਾਡੀ ਕੀ ਰਾਏ ਆ? ਵੀਰੇ, ਜਿਵੇਂ ਦੇਖੋ ਤੁਹਾਨੂੰ ਪਤਾ ਹੀ ਹੈ, ਸਿੱਧੂ ਮੂਸੇ, ਆਪਾਂ ਇਗਜ਼ਾਮਪਲ ਵੀ ਲੈ ਸਕਦੇ ਹਾਂ, ਜਿਵੇਂ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੀ ਚੱਲ ਰਹੀ ਹੈ ਜਿਵੇਂ, ਅਤੇ ਉਹ ਜਿਵੇਂ ਆਪਸ 'ਚ ਆਪਦੀ ਉਹ ਕੱਢਣ ਦੇ ਮਾਰੇ ਗਾਲਾਂ ਕੱਢਦੇ ਨੇ ਲੋਕਾਂ ਅੱਗੇ, ਜਿਵੇਂ ਸਟੇਜ 'ਤੇ ਹੁੰਦੇ ਨੇ ਉਹ, ਅਤੇ ਗਾਲਾਂ ਵਗੈਰਾ ਵੀ ਕੱਢਦੇ ਨੇ ਆਪਸ 'ਚ ਇੱਕ ਦੂਜੇ ਨੂੰ, ਮਤਲਬ ਪ੍ਰੋਪਰ ਤਰ੍ਹਾਂ ਨਹੀਂ ਕੱਢਦੇ ਬਟ ਕੱਢਦੇ ਨੇ, ਜਿਵੇਂ ਅੱਗੇ ਆਪਣੇ ਧੀ ਭੈਣ ਵੀ ਬੈਠੇ ਹੁੰਦੇ ਨੇ, ਉਹਨਾਂ 'ਤੇ ਯਾਰ ਥੋੜ੍ਹਾ ਬੈਡ ਇਫੈਕਟ ਪੈਂਦਾ ਉਹਨਾਂ ਦਾ, ਅਤੇ ਮੇਰੇ ਹਿਸਾਬ ਨਾਲ ਇਹ ਹੋਣਾ ਨਹੀਂ ਚਾਹੀਦਾ ਯਾਰ। ਕੁਛ ਕੁ ਤਾਂ ਜਿਹੜੀਆਂ ਹੁੰਦੀਆਂ ਨੇ ਪਬਲਿਸਿਟੀ ਸਟੰਟ ਵੀ ਹੁੰਦੇ ਆ ਮੇਰੇ ਹਿਸਾਬ ਨਾਲ, ਕਿਉਂਕਿ ਸਾਡੇ ਵਿਊਜ਼ ਮੋਸਟਲੀ ਲੋਕ ਜ਼ਿਆਦਾਤਰ ਯੂਟਿਊਬਸ ਨਾਲ ਜ਼ਿਆਦਾ ਕਨੈਕਟ ਨੇ, ਲਾਈਵ ਵੀ ਨੇ ਬਟ ਯੂਟਿਊਬ ਨਾਲ ਵੀ ਕਨੈਕਟ ਨੇ, ਤਾਂ ਉਹ ਕੁਛ ਐਂਟਰਟੇਨਮੈਂਟ ਵਾਸਤੇ, ਜਿਹੜੀ ਆਮ ਜਨਤਾ ਉਹ ਐਂਟਰਟੇਨ ਹੋਣ ਵਾਸਤੇ ਦੇਖਦੀ ਆ ਵੀ ਕਿਹੜੇ ਸਿੰਗਰ ਨੇ, ਕਿਸੇ ਫੀਮੇਲ ਸਿੰਗਰ ਨੂੰ ਜਾਂ ਮੇਲ ਨੂੰ ਕੀ ਕਹਿਤਾ, ਕੀ ਹੋ ਗਿਆ, ਇਹ ਚੀਜ਼ਾਂ ਦੇਖਣ ਵਾਸਤੇ ਵੀ ਜ਼ਿਆਦਾਤਰ ਮੋਸਟਲੀ ਇਹਨੂੰ ਐਜ਼ ਆ ਐਂਟਰਟੇਨਮੈਂਟ ਲੈ ਕੇ ਲੋਕ ਚੱਲ ਰਹੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਠੀਕ ਹੈ, ਅਤੇ ਆਪਾਂ ਪੰਜਾਬ ਦੇ ਵਾਸੀ ਹਾਂ, ਅਤੇ ਜਿਹੜੀਆਂ ਕਿ ਅੱਜ ਕੱਲ੍ਹ ਇਹਨਾਂ ਸਿੰਗਰਾਂ ਨੇ ਪੰਜਾਬ ਦੇ ਯੂਥ ਨੂੰ ਆਪਦੇ ਵੱਲ ਲਾ ਕੇ ਅਸਲੀ ਮੁੱਦਿਆਂ ਤੋਂ ਭਟਕਾਇਆ ਹੋਇਆ, ਇਹ ਸਭ ਤੋਂ ਮਾੜੀ ਗੱਲ ਹੈ, ਠੀਕ ਹੈ। ਪੰਜਾਬ ਅਸਲ ਦੇ ਵਿੱਚ ਆਪਾਂ ਇਤਿਹਾਸ ਪੜ੍ਹੀਏ ਤਾਂ ਪੰਜਾਬ ਉਹ ਸਟੇਟ ਹੈ ਜਿਹੜਾ ਕਿ ਹਮੇਸ਼ਾ ਕਿਸੇ ਵੀ ਕੌਮ ਨਾਲ ਹੋ ਰਹੇ ਧੱਕੇ ਦੇ ਖਿਲਾਫ ਖੜਦਾ ਰਿਹਾ, ਠੀਕ ਹੈ, ਲੜਦਾ ਰਿਹਾ, ਅਤੇ ਅੱਜ ਪੰਜਾਬ ਸਿੰਗਰਾਂ ਦੀਆਂ ਕੰਟਰੋਵਰਸੀਆਂ ਸੁਣਨ ਦਾ ਹੀ ਆਦੀ ਰਹਿ ਗਿਆ।
ਤੇ ਅਸੀਂ ਇਸ ਚੀਜ਼ ਨੂੰ ਬਿਲਕੁਲ ਮਾੜਾ ਸਮਝਦੇ ਹਾਂ। ਜੇ ਆਪਾਂ ਸਟੇਟ ਦੀਆਂ ਨੀਤੀਆਂ ਦੇਖੀਏ ਅੱਜ ਦੇ ਵਿੱਚ, ਅੱਜ ਦੇ ਸਮੇਂ ਦਾ ਜਿਹੜਾ ਸਭ ਤੋਂ ਕਰੰਟ ਇਸ਼ੂ ਹੈ ਜਿਹੜਾ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਆਇਆ ਹੈ, ਸਾਡੇ ਪੰਜਾਬ ਦੇ ਯੂਥ ਨੂੰ ਇਕੱਠਾ ਹੋ ਕੇ ਜਦੋਂ ਕਿ ਉਹਦਾ ਵਿਰੋਧ ਕਰਨਾ ਚਾਹੀਦਾ ਸੀ, ਅਤੇ ਅਸੀਂ ਅੱਜ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਉਹਨਾਂ ਬੰਦਿਆਂ ਦੀ ਕੰਟਰੋਵਰਸੀ ਦੀ ਗੱਲ ਕਰ ਰਹੇ ਹਾਂ। ਅਸਲ 'ਚ ਇਹ ਸਾਡੇ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਜਿਹੜਾ ਸਾਡਾ ਯੂਥ ਹੈ ਉਹਨੂੰ ਜਿਹੜੀਆਂ ਸਹੀ ਗੱਲਾਂ ਸਾਨੂੰ ਪ੍ਰੈਜੈਂਟ ਕਰਨੀਆਂ ਸੀ ਸਾਡੇ ਮੀਡੀਆ ਨੇ ਵੀ, ਅਤੇ ਠੀਕ ਹੈ, ਅਤੇ ਸਾਡੇ ਐਜੂਕੇਸ਼ਨ ਸਿਸਟਮ ਨੇ ਵੀ ਉਹ ਨਹੀਂ ਕੀਤੀਆਂ, ਅਤੇ ਸਾਡਾ ਯੂਥ ਹੈ ਜਿਹੜਾ ਕਿ ਇਹਨਾਂ ਕੰਟਰੋਵਰਸੀਆਂ ਦੇ ਵਿੱਚ ਉਲਝ ਕੇ ਰਹਿ ਗਿਆ। ਜਦਕਿ ਸਾਡੇ ਯੂਥ ਦੇ ਬੁੱਲਾਂ 'ਤੇ ਅੱਜ ਇਹ ਸਵਾਲ ਹੋਣਾ ਚਾਹੀਦਾ ਸੀ ਕਿ ਜੋ ਕਸ਼ਮੀਰ ਦੇ ਵਿੱਚ 370 ਧਾਰਾ ਹਟਾਈ ਗਈ ਹੈ ਉਹ ਸਹੀ ਹੈ, ਕਿ ਜਿਹੜਾ ਅੱਜ ਪ੍ਰਿੰਕਾ ਰੈਡੀ ਦੇ ਨਾਲ ਰੇਪ ਹੋਇਆ ਹੈਗਾ ਉਹ ਕਿਉਂ ਹੋਇਆ ਹੈਗਾ, ਅਤੇ ਜਿਹੜੇ ਉਹਦੇ ਕਾਤਲਾਂ ਨੂੰ ਇਨਕਾਊਂਟਰ ਕੀਤਾ ਗਿਆ ਉਹ ਸਹੀ ਹੈ ਜਾਂ ਗਲਤ ਹੈ। ਇਹਨਾਂ ਸਵਾਲਾਂ ਨੂੰ ਛੱਡ ਕੇ ਅਸੀਂ ਜਦੋਂ ਇਹੋ ਜਿਹੇ ਸਵਾਲਾਂ ਦੇ ਉੱਤੇ ਗੱਲ ਕਰਦੇ ਹੁੰਦੇ ਹਾਂ ਤਾਂ ਸਾਨੂੰ ਇਸ ਚੀਜ਼ ਦੇ ਬਾਰੇ ਖੁਦ ਸੋਚਣਾ ਚਾਹੀਦਾ ਕਿ ਇਹ ਸਾਰੇ ਸਵਾਲ ਜਾਇਜ਼ ਨੇ, ਕਿ ਸਾਨੂੰ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਕਿ ਸਾਡਾ ਦੇਸ਼ ਹੈ ਜਿਹੜਾ ਸਾਡਾ ਪੰਜਾਬ ਆ ਇੰਨਾ ਪਿੱਛੇ ਜਾ ਰਿਹਾ, ਕਿ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਇਸ਼ੂਆਂ 'ਤੇ ਗੱਲ ਕਰਨੀ ਚਾਹੀਦੀ ਹੈ ਜਾਂ ਸਾਡੇ ਇਸ਼ੂ ਕੁਛ ਹੋਰ ਹੋਣੇ ਚਾਹੀਦੇ ਨੇ। ਬਿਲਕੁਲ ਹੀ ਮੈਂ ਇਸ ਚੀਜ਼ ਨੂੰ ਬਿਲਕੁਲ ਗਲਤ ਸਮਝਦਾ, ਅਤੇ ਸਿੰਗਰਾਂ ਨੂੰ ਇਸ ਚੀਜ਼ ਦੇ ਬਾਰੇ ਕਹਿਣਾ ਚਾਹੁੰਦਾ ਕਿ ਤੁਸੀਂ, ਤੁਹਾਨੂੰ ਯੂਥ ਅੱਜ ਦੇ ਸਮੇਂ ਸੁਣਦਾ, ਤੁਹਾਡੇ ਲਵੇ ਉਹ ਪਾਵਰ ਹੈ ਕਿ ਤੁਸੀਂ ਯੂਥ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਸਕਦੇ ਹੋ, ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਘੱਟੋ ਘੱਟ ਤੁਸੀਂ ਚੰਗੀ ਆਵਾਜ਼ ਯੂਥ ਦੇ ਕੰਨਾਂ ਤੱਕ ਪਹੁੰਚਾਓ, ਯੂਥ ਨੂੰ ਚੰਗੀ ਗੱਲ ਦੱਸੋ, ਯੂਥ ਨੂੰ ਇਹ ਦੱਸੋ ਕਿ ਹਾਂ ਤੁਹਾਡਾ ਕੀ ਮੋਟਿਵ ਹੈ। ਇਹੀ ਜਿਹੀ ਗੱਲ ਨਹੀਂ ਕਿ ਸਾਰੇ ਇੰਡਸਟਰੀ ਮਾੜੀ ਹੈ, ਬਹੁਤ ਸਿੰਗਰ ਹੈਗੇ ਨੇ। ਹੁਣ ਮੈਂ ਪਿੱਛੇ ਜੇ ਕੱਲ੍ਹ ਸੁਣ ਰਿਹਾ ਸੀ, ਮੈਨੂੰ ਕਿਸੇ ਦੋਸਤ ਨੇ ਗਾਣਾ ਭੇਜਿਆ, ਬੱਬੂ ਮਾਨ ਦਾ ਗਾਣਾ ਆਇਆ ਕਲਿੱਕਾਂ, ਉਹਦੇ ਵਿੱਚ ਉਹਨੇ ਬਹੁਤ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਗੱਲ ਕੀਤੀ ਹੈ, ਨਰਿੰਦਰ ਮੋਦੀ ਦੀ ਗੱਲ ਕੀਤੀ ਹੈ ਕਿ ਕਿਵੇਂ ਸਾਰਾ ਮੀਡੀਆ ਜਿਹੜਾ ਵਿਕ ਚੁੱਕਿਆ, ਅਤੇ ਜਿਹੜਾ ਅੱਜ ਦੇ ਸਮੇਂ ਰਵੀਸ਼ ਕੁਮਾਰ ਹੈ ਉਹ ਸਿਰਫ ਇਕੱਲਾ ਉਹੀ ਹੈ ਜਿਹੜਾ ਸੱਚ ਦੀ ਗੱਲ ਕਰ ਰਿਹਾ। ਐਵੇਂ ਦੇ ਹੋਰ ਵੀ ਬਹੁਤ ਸਿੰਗਰ ਨੇ ਜਿਹੜੇ ਕਿ ਸੱਚ ਦੀ ਗੱਲ ਕਰਦੇ ਨੇ। ਬ੍ਰਦਰ, ਕੰਟਰੋਵਰਸੀਆਂ ਦਾ ਲੋਕਾਂ 'ਤੇ ਆਪਣੀ ਆਉਣ ਵਾਲੀ ਜਨਰੇਸ਼ਨ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਮੈਂ ਤਾਂ ਇੱਕ ਹੀ ਗੱਲ ਕਹੂੰਗਾ ਕਿ ਨਾ ਮਾੜਾ ਲਿਖੋ ਅਤੇ ਨਾ ਮਾੜਾ ਗਾਓ, ਅਤੇ ਬਾਕੀ ਲੋਕ ਜਾਣਦੇ ਵੀ ਕੌਣ ਸਹੀ ਆ ਅਤੇ ਕੌਣ ਗਲਤ ਆ। ਆਪਾਂ ਨੂੰ ਚੰਗਾ ਹੀ ਸੁਣਨਾ ਚਾਹੀਦਾ ਅਤੇ ਚੰਗਾ ਲਿਖਣਾ ਚਾਹੀਦਾ ਅਤੇ ਚੰਗਾ ਗਾਉਣਾ ਚਾਹੀਦਾ, ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ ਦਾ ਬਹੁਤ ਮਤਲਬ ਗਲਤ, ਬਹੁਤ ਗਲਤ ਪ੍ਰਭਾਵ ਪੈ ਰਿਹਾ ਆਉਣ ਵਾਲੀ ਪੀੜ੍ਹੀ 'ਤੇ। ਤੁਸੀਂ ਦੇਖੋ ਕਿ ਕੁਝ ਮੂਸੇ ਵਾਲਾ, ਕੁਝ ਕਰਨ ਔਜਲਾ, ਕੋਈ ਸਿੱਪੀ ਗਿੱਲ, ਕੋਈ ਕੁਛ, ਇਹ ਵੱਖ ਵੱਖ ਗਰੁੱਪ, ਇਹ ਲੋਕ ਵੀ ਵੰਡੇ ਜਾ ਰਹੇ ਆ, ਕਿਉਂਕਿ ਜੋ ਇਹਨਾਂ ਦੇ ਫੈਨਸ ਹੈ ਉਹ ਇੱਕ ਦੂਜੇ ਨਾਲ ਆਪਣੇ, ਜਿਵੇਂ ਆਪਣਾ ਸਰਕਲ ਹੈ, ਸਰਕਲਾਂ ਮਤਲਬ ਕੋਈ ਕਿਹਨੂੰ ਪਸੰਦ ਕਰਦਾ, ਕੋਈ ਕਿਹਨੂੰ ਪਸੰਦ ਕਰਦਾ, ਇਸ ਦੇ ਨਾਲ ਗਰੁੱਪਬਾਜ਼ੀ ਬਣ ਜਾਂਦੀ ਹੈ। ਮੰਡੀਰ 'ਤੇ ਵੀ ਬਹੁਤ ਅਸਰ ਹੈ, ਨਵੀਂ ਜਨਰੇਸ਼ਨ 'ਤੇ ਇਹ ਚੀਜ਼ ਦਾ ਬਹੁਤ ਅਸਰ ਹੈ। ਜੇ ਕਿਸੇ ਨੇ ਗਾਉਣਾ, ਜਿਹਨੂੰ ਜੋ ਚੰਗਾ ਲੱਗਦਾ ਉਹ ਸੁਣੋ, ਕਿਉਂ ਕਿਸੇ ਦੇ ਕਰਕੇ ਆਪਾਂ ਨੂੰ ਨਾ ਤਾਂ ਕਰਨਾ ਉਹਦੇ ਲਈ ਕੁਛ ਦੇ ਕੇ ਜਾਣਾ, ਨਾ ਮੂਸੇ ਵਾਲੇ, ਨਾ ਸਿੱਪੀ ਗਿੱਲ, ਕਿਸੇ ਨੇ ਕੁਛ ਨਹੀਂ ਦੇਣਾ, ਤਾਂ ਆਪਾਂ ਨੂੰ ਉਹੀ ਸੁਣਨਾ ਚਾਹੀਦਾ ਜੋ ਆਪਣੇ ਮਨ ਨੂੰ ਤਸੱਲੀ ਦਿੰਦਾ, ਜੋ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ, ਕੋਈ ਲੱਚਰਤਾ ਨੂੰ ਆਪਾਂ ਅਗਾਹ ਪਹਿਲ ਜਾਂ ਨਹੀਂ ਦੇਣੀ, ਕਿਉਂਕਿ ਪੁਰਾਣੇ ਸਿੰਗਰ ਸੀ ਗੁਰਦਾਸ ਮਾਨ ਸਾਹਿਬ ਹੁਰੀ, ਕੁਲਦੀਪ ਮਾਣਕ ਹੁਰੀ, ਹਰਭਜਨ ਮਾਨ ਹੁਰੀ, ਸਤਿੰਦਰ ਸਰਤਾਜ ਜੀ, ਜਿਨ੍ਹਾਂ ਨੇ ਮਤਲਬ ਇਹਨਾਂ ਨੇ ਅੱਜ ਤਾਈਂ ਮਾੜਾ ਗਾਇਆ ਨਹੀਂ, ਹੁਣ ਵੀ ਹੈਗੇ ਆ ਲਾਈਕ ਤਰਸੇਮ। ਅਗਲਾ ਸਵਾਲ ਇਹੀ ਸੀਗਾ ਵੀ ਪਹਿਲਾਂ ਵੀ ਮਤਲਬ ਅਖਾੜੇ ਲੱਗਦੇ ਸੀ, ਸਿੰਗਰ ਪਹਿਲਾਂ ਵੀ ਗਾਉਂਦੇ ਸੀ, ਵੀ ਪਹਿਲਾਂ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਜਿਹੜੀਆਂ ਕੰਟਰੋਵਰਸੀ, ਅੱਜ ਇਹ ਵੱਡਾ ਕਾਰਨ ਕੀ ਮੰਨਦੇ ਹੋ ਰਹੇ? ਪਹਿਲਾਂ ਸਭ ਤੋਂ ਪਹਿਲੀ ਜਿਹੜੀ ਅੱਗ ਚੱਕੀ ਹੈ, ਸਭ ਤੋਂ ਪਹਿਲੀ ਅੱਗ ਮੀਡੀਆ ਕਿ ਇੱਕ ਨੇ ਗਾਇਆ, ਅਗਲੇ ਨੇ ਸ਼ੇਅਰ ਕੀਤਾ, ਹਾਂ ਵੀ ਇਹਦੇ 'ਚ ਕਮੈਂਟ ਲਾਈਕ ਦੱਸੋ, ਉੱਥੇ ਲੋਕ ਬਕਵਾਸ ਕਰਦੇ ਆ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ, ਉਸ ਤੋਂ ਬਾਅਦ ਗਾ ਨਫ਼ਰਤ ਪੈਦਾ ਹੁੰਦੀ ਹੈ। ਤੁਸੀਂ ਸ਼ਾਇਦ ਆ ਪਿੱਛੇ ਹੀ ਹੋਇਆ ਰੰਮੀ ਰੰਧਾਵਾ ਦੇ ਅਲੀ ਮੰਗਟ, ਕਿ ਦੋਵੇਂ ਮਤਲਬ ਚੰਗੇ ਸਿੰਗਰ ਹੈ, ਆਪਸ 'ਚ ਕੋਈ ਗੱਲ ਹੋਈ, ਆਪਸੀ ਮੀਡੀਆ ਨੇ ਚੱਕ ਲਈ, ਮੀਡੀਆ ਤੋਂ ਮੰਡੀਰ ਕੋਲ ਆ ਗਈ, ਮੰਡੀਰ ਤੋਂ ਬਾਅਦ ਗਰੁੱਪ ਆ ਇੰਸਟਾਗ੍ਰਾਮ ਜੋ ਵੀ ਸੋਸ਼ਲ ਸਾਈਟਾਂ ਲੋਕ ਯੂਜ਼ ਕਰਦੇ ਉਹਨਾਂ 'ਤੇ ਪੈ ਗਈ, ਉਹਨਾਂ ਦੀ ਕਿੱਡੀ ਵੱਡੀ ਲੜਾਈ ਹੋਈ, ਲੋਕਾਂ ਦਾ ਕੁਛ ਨਹੀਂ ਗਿਆ, ਉਹ ਆਪ ਅੱਜ ਕੱਲ੍ਹ ਥਾਣਿਆਂ ਕਚਹਿਰੀਆਂ 'ਚ ਭੁਗਤਦੇ ਫਿਰਦੇ ਆ। ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਜਿਵੇਂ ਹੁਣ ਪੁਰਾਣੇ ਸਿੰਗਰ ਸੀ, ਖਾੜੇ ਲਾਉਂਦੇ ਸੀ, ਵਧੀਆ ਕੰਮ ਚੱਲਦਾ ਸੀ, ਚੰਗਾ ਗਾਉਂਦੇ ਸੀ, ਬਟ ਅੱਜ ਵਾਲਾ ਤਾਂ ਕੁਛ ਤੁੱਕ ਨਹੀਂ ਰਿਹਾ। ਹੈਗੇ ਆ ਚੰਗੇ ਸਿੰਗਰ, ਚੰਗੇ ਰਾਈਟਰ ਵੀ ਹੈਗੇ ਆ, ਬਟ ਬਹੁਤ ਘੱਟ, 100 ਚੋਂ 10% ਆ, ਬਾਕੀ ਲੱਚਰਤਾ ਹੈ ਸਾਰੀ। ਬੇਸਿਕਲੀ ਕੀ ਹੈਗਾ, ਜਿਹੜਾ ਆਪਣਾ ਕਲਚਰ ਹੈਗਾ, ਠੀਕ ਹੈ, ਉਹਨੇ ਅਡਾਪਟ ਕਰ ਲਿਆ ਵੈਸਟਰਨ ਮਿਊਜ਼ਿਕ ਨੂੰ, ਜਿਵੇਂ ਵੈਸਟਰਨਾਈਜੇਸ਼ਨ ਜਿਵੇਂ ਆਈ ਆ ਉਸ ਹਿਸਾਬ ਨਾਲ ਮਤਲਬ ਆਪਣਾ ਕਲਚਰ ਉੱਦਾਂ ਦਾ ਹੋ ਗਿਆ। ਠੀਕ ਹੈ, ਹੁਣ ਗਾਣੇ 'ਚ ਪਹਿਲਾਂ ਤੁੰਬੀਆਂ ਵੱਜਦੀਆਂ ਸੀ, ਅੱਜ ਦੇ ਗੱਲ ਵੀ ਉਹ ਮਤਲਬ ਬੀਟ ਸੌਂਗਸ ਚੱਲਦੇ ਨੇ, ਜਿਵੇਂ ਵਿੱਚ ਆਟੋ ਟਿਊਨ ਚੱਲਦਾ ਹੈਗਾ। ਠੀਕ ਹੈ, ਇਹ ਚੀਜ਼ਾਂ ਨੇ ਇਹ ਚੀਜ਼ ਨੂੰ ਇੰਨੀ ਕੰਟਰੋਵਰਸੀ 'ਚ ਬਣਾਤਾ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਹੁਣ, ਜਿਵੇਂ ਬਾਈ ਨੇ ਦੱਸਿਆ ਕਿ ਕਰਨ ਔਜਲਾ ਜਾਂ ਮੂਸੇ ਦੇ ਉਹ ਚੱਲ ਰਿਹਾ ਸਿਸਟਮ ਵੀ ਇੱਕ ਦੂਜੇ ਨੂੰ ਮਤਲਬ ਉੱਪਰ ਨੀਚੇ ਲਾਈ ਜਾਂਦੇ ਆ। ਪਹਿਲਾਂ ਦੀ ਜਨਤਾ ਸੋਸ਼ਲ ਮੀਡੀਆ ਨਾਲ ਇੰਨਾ ਜ਼ਿਆਦਾ ਕਨੈਕਟ ਨਹੀਂ ਸੀ। ਪਹਿਲਾਂ ਜਿਹੜੇ ਪਿੰਡ ਹੁੰਦੇ ਸੀ, ਪਿੰਡਾਂ 'ਚ ਮੋਸਟਲੀ ਅਖਾੜੇ ਲੱਗਦੇ ਹੁੰਦੇ ਸੀ, ਪਹਿਲਾਂ ਦੀ ਜਿਹੜੀ ਜਨਤਾ ਹੁੰਦੀ ਸੀ ਉਹ ਸਿਰਫ ਅਤੇ ਸਿਰਫ ਘਰਾਂ 'ਚ ਮੰਜੀਆਂ ਡਾਹ ਕੇ ਜਾਂ ਕਿਸੇ ਖੇਤ 'ਚ ਮੰਜੀਆਂ ਡਾਹ ਕੇ ਉੱਥੇ ਅਖਾੜੇ ਲੱਗਦੇ ਹੁੰਦੇ ਸੀ, ਸਿੰਗਰਸ ਆਉਂਦੇ ਹੁੰਦੇ ਸੀ। ਉਸ ਟਾਈਮ ਸਾਡੇ ਕੋਲ ਮੋਬਾਈਲ ਨਹੀਂ ਸੀ ਹੁੰਦਾ, ਵਾਈਫਾਈ ਕਨੈਕਟ ਨਹੀਂ ਹੋ ਜਾਂਦਾ ਸੀ,
ਫਰਕ ਸੋਸ਼ਲ ਮੀਡੀਆ ਨਾਲ ਹੀ ਇੰਪੈਕਟ ਪਿਆ ਇਹਦਾ ਸਾਰਾ ਜਿਹੜਾ ਵੀ ਹੈ। ਪਹਿਲਾਂ ਜਿਹੜਾ ਅਖਾੜਿਆਂ ਦਾ ਮੋਟਿਵ ਹੁੰਦਾ ਸੀ ਉਹ ਲੋਕਾਂ ਨੂੰ ਐਂਟਰਟੇਨ ਕਰਨਾ ਹੁੰਦਾ ਸੀਗਾ। ਪਹਿਲਾਂ ਅਸਲ ਦੇ ਵਿੱਚ ਗਾਇਕ ਉਸੇ ਨੂੰ ਮੰਨਿਆ ਜਾਂਦਾ ਸੀ ਕਿ ਜਿਹੜਾ ਅਖਾੜੇ ਲਾ ਸਕਦਾ ਹੋਵੇ। ਅੱਜ ਤਾਂ ਮੈਂ ਇਹ ਮੰਨਦਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ 60-70% ਗਾਇਕ ਉਹ ਨੇ ਜਿਹੜੇ ਅਖਾੜੇ ਲਾ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਤੁਸੀਂ ਜੇ ਗਾਣਾ ਸੁਣ ਲਓਗੇ ਤਾਂ ਡੱਬ ਕੀਤਾ ਹੋਇਆ ਗਾਣਾ, ਬਲਕਿ ਐਡਿਟ ਕੀਤਾ ਹੋਇਆ, ਬਿਲਕੁਲ ਜਿਹੜਾ ਉਹਦੇ ਵਿੱਚੋਂ ਮਤਲਬ ਕਿ ਜੋ ਹੈਗਾ ਗਾ ਸਾਰਾ ਸਿਸਟਮ ਉਹਦੇ ਵਿੱਚੋਂ ਬਣਾ ਕੇ ਗਾਣਾ ਤੁਹਾਡੇ ਸਾਹਮਣੇ ਐਵੇਂ ਪੇਸ਼ ਕੀਤਾ ਜਾਂਦਾ ਕਿ ਬਹੁਤ ਸੋਹਣੀ ਆਵਾਜ਼ ਹੈ ਅਤੇ ਬਹੁਤ ਸੋਹਣਾ ਸਿੰਗਰ ਹੈ। ਪਰ ਜਦੋਂ ਤੁਸੀਂ ਉਹਨੂੰ ਲਾਈਵ ਸੁਣਦੇ ਹੋ ਤਾਂ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਯਾਰ ਇਹ ਸਿੰਗਰ ਹੈ। ਅੱਜ ਦੇ ਮੋਸਟਲੀ ਸਿੰਗਰ ਨੇ ਜਿਹੜੇ ਉਹ ਫੇਸਬੁੱਕ ਦੇ ਲਾਈਵ ਹੋ ਕੇ ਜਣਾ ਖਾਣਾ, ਮਤਲਬ ਫੇਸਬੁੱਕ ਤੋਂ ਚੜ੍ਹੇ ਹੋਏ ਸਾਰੇ ਸਿੰਗਰ ਨੇ। ਗਾਇਕੀ ਦਾ ਤਾਂ ਕਿਸੇ ਨੂੰ ਬਹੁਤ ਘੱਟ ਬੰਦੇ ਨੇ ਜਿਹਨਾਂ ਨੂੰ ਗਾਇਕੀ ਦਾ ਪਤਾ ਹੈ, ਠੀਕ ਹੈ। ਅਤੇ ਦੂਜੀ ਗੱਲ ਜਿਹੜਾ ਤੁਸੀਂ ਦੱਸਿਆ ਵੀ ਪਹਿਲਾਂ ਵੀ ਅਖਾੜੇ ਲੱਗਦੇ ਸੀ ਅਤੇ ਹੁਣ ਲੱਗਦੇ ਸੀ, ਇਹਨਾਂ ਦੇ ਵਿੱਚ ਅੰਤਰ ਕੀ ਹੈ? ਅਸਲ ਦੇ ਵਿੱਚ ਜਿਹੜਾ ਅੱਜ ਦੇ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਗਾਇਕੀ ਦੇ ਨਾਲੋਂ ਜ਼ਿਆਦਾ ਪ੍ਰੋਪੋਗੰਡਾ ਚੱਲ ਰਿਹਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਅੱਜ ਜਿਹੜੀ ਗਾਇਕੀ ਰਹਿ ਗਈ ਨਾ ਉਹ ਗਾਣਿਆਂ ਦੀ ਰਹਿ ਗਈ ਨਾ ਉਹ ਸੰਗੀਤ ਦੀ ਰਹਿ ਗਈ, ਠੀਕ ਹੈ ਨਾ। ਅੱਜ ਜਿਹੜੀ ਗਾਇਕੀ ਰਹਿ ਗਈ ਆ ਉਹ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਫੇਮ ਦੀ ਗਾਇਕੀ ਰਹਿ ਗਈ ਕਿ ਅੱਜ ਟ੍ਰੈਂਡ ਕਿਹਦਾ ਚੱਲ ਰਿਹਾ। ਟ੍ਰੈਂਡ ਦੇ ਭਾਵ ਕਿ ਜੇ ਮਤਲਬ ਹੁਣ ਪਿੱਛੇ ਜੇ ਮੈਂ ਜਿਵੇਂ ਤੁਸੀਂ ਅੱਜ ਗੱਲ ਕਰਨ ਆਏ ਹੋ, ਇੱਕ ਹੋਰ ਦੋਸਤ ਗੱਲ ਕਰਨ ਆਇਆ ਸੀ, ਪਿੱਛੇ ਕਹਿੰਦੇ ਵੀ ਦੋ ਕਲਾਕਾਰ ਸੀ, ਇੱਕ ਪ੍ਰਿੰਸ ਰੰਧਾਵਾ ਅਤੇ ਰੰਮੀ ਰੰਧਾਵਾ, ਅਤੇ ਉਹਨਾਂ ਦਾ ਇੱਕ ਹੋਰ ਵਿਵਾਦ ਚੱਲ ਰਿਹਾ ਸੀ ਕਿਸੇ ਨਾਲ, ਭਾਵ ਕਿ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਇਹੋ ਜਿਹਾ ਬਿਆਨ ਦਿਓ, ਕਿਸੇ ਤਰ੍ਹਾਂ ਦੇ ਨਾਲ ਇਹੋ ਜਿਹੀ ਗੱਲ ਕਰੋ ਕਿ ਤੁਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਬਣੇ ਰਹੋ। ਅੱਜ ਮੇਨ ਕਲਾਕਾਰਾਂ ਦਾ ਇਹ ਮੋਟਿਵ ਹੈ, ਚਾਹੇ ਉਹ ਕਲਾਕਾਰ ਕੀ ਹੋਰ ਬੰਦਿਆਂ ਦਾ ਵੀ ਇਹ ਮੋਟਿਵ ਹੈ, ਅਤੇ ਇਹ ਮੋਟਿਵ ਹੈ ਜਿਹੜਾ ਉਹ ਬਹੁਤ ਗਲਤ ਹੈ, ਕਿਉਂਕਿ ਤੁਸੀਂ ਗਾਇਕੀ ਦੇ ਨਾਲ ਲੋਕਾਂ ਨੂੰ ਖੁਸ਼ ਕਰਨ ਵਾਲੇ ਰਹੇ ਨਹੀਂ ਹੈਗੇ। ਤੁਹਾਡੇ ਪੱਲੇ ਨਾ ਉਹ ਆਵਾਜ਼ ਰਹੀ, ਨਾ ਤੁਹਾਡੇ ਪੱਲੇ ਉਹ ਕਲਮ ਰਹੀ ਕਿ ਤੁਸੀਂ ਗਾਇਕੀ ਦੇ ਨਾਲ ਲੋਕਾਂ ਨੂੰ ਖੁਸ਼ ਕਰ ਸਕੋ, ਜਾਂ ਨਾ ਤੁਹਾਡੇ ਲਵੇ ਉਸ ਪੱਧਰ ਦੀਆਂ ਗੱਲਾਂ ਹੀ ਰਹੀਆਂ ਕਿ ਤੁਸੀਂ ਲੋਕਾਂ ਨੂੰ ਪਰੋਸ ਕੇ ਉਹਨਾਂ ਨੂੰ ਸੰਤੁਸ਼ਟ ਕਰ ਸਕੋ। ਤੁਹਾਡੇ ਲਵੇ ਸਿਰਫ ਇਹ ਕੰਟਰੋਵਰਸੀਆਂ ਨੇ, ਲੋਕਾਂ ਨੂੰ ਦਿਖਾ ਕੇ ਤੁਸੀਂ ਆਪਦੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਹੋ, ਜਿਹੜੇ ਕਿ ਬਹੁਤ ਗਲਤ ਦੌਰ ਹੈ। ਠੀਕ ਹੈ, ਇੱਕ ਮਤਲਬ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਆਪਣੇ ਜਿਹੜੀ ਇਹ ਕੰਟਰੋਵਰਸੀਆਂ ਹੁੰਦੀਆਂ ਦੂਸਰੇ ਸਿੰਗਰ ਨੂੰ ਬਲੇਮ ਕਰਦੇ ਆ, ਇਹ ਕਹਿੰਦੇ ਅਸਲ ਦੇ ਵਿੱਚ ਇਹ ਆਪਸ 'ਚ ਇਕੱਠੇ ਨੇ, ਸਿਰਫ ਆਪਣੇ ਸੌਂਗ ਨੂੰ ਹਿੱਟ ਕਰਾਉਣ ਦੇ ਲਈ ਜਾਣ ਬੁੱਝ ਕੇ ਇਹ ਇੱਕ ਸਟੰਟ ਕੀਤਾ ਜਾਂਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ, ਮੈਂ ਵੀ ਇਸ ਚੀਜ਼ ਨੂੰ ਇਹੀ ਮੰਨਦਾ ਕਿ ਦੇਖੋ ਜੇ ਤਾਂ ਮਤਲਬ ਤੁਹਾਡੇ 'ਚ ਇੰਨੀ ਜ਼ਿਆਦਾ ਇੱਕ ਦੂਜੇ ਪ੍ਰਤੀ ਗੁੱਸਾ ਹੈ, ਇੰਨੀ ਜ਼ਿਆਦਾ ਭੜਾਸ ਹੈ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਅਕਸਰ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਵੀ ਦੋ ਗੈਂਗਸਟਰ ਗਰੁੱਪਾਂ ਦੀ ਲੜਾਈ ਅਕਸਰ ਹੁੰਦੀ ਰਹਿੰਦੀ ਹੈ, ਤਾਂ ਤੁਸੀਂ ਕਿਸੇ ਦਿਨ ਪ੍ਰਸ਼ਾਸਨ ਦੀ ਨਜ਼ਰ ਤੋਂ ਲੁਕ ਕੇ ਇੱਕ ਜਗ੍ਹਾ ਇਕੱਠੇ ਹੋ ਕੇ ਆਪਦੀ ਕੱਢ ਲਓ ਭੜਾਸ ਜਿਹੜੀ ਨਿਕਲਦੀ ਹੈ ਉੱਥੋਂ, ਪਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਭੜਾਸ ਕੱਢ ਕੇ ਫੇਮ ਲੈਣ ਵਾਸਤੇ ਹੀ ਸਾਰਾ ਕੁਝ ਇਹ ਕਰ ਰਹੇ ਹੋ। ਜਿਵੇਂ ਤੁਸੀਂ ਕਿਹਾ ਵੀ ਅਕਸਰ ਅਸਲ ਦੇ ਵਿੱਚ ਇਹਨਾਂ ਦੇ ਦਿਲ ਦੇ ਵਿੱਚ ਕੋਈ ਭੜਾਸ ਨਹੀਂ ਹੁੰਦੀ, ਇਹਨਾਂ ਦਾ ਕਿਹੜਾ ਵੱਟਦਾ ਰੌਲਾ ਮੈਨੂੰ ਦੱਸੋ। ਚਲੋ ICFM ਦੀ ਗੱਲ ਕਰ ਲੈਂਦੇ ਆਪਾਂ, ਸਿੱਧੂ ਮੂਸੇਵਾਲਾ ਅਤੇ ਕਰਨ ਔਜਲੇ ਦੀ, ਇਹਨਾਂ ਦਾ ਕਿਹੜਾ ਰੌਲਾ ਹੈਗਾ, ਕਿਹੜੀ ਇਹਨਾਂ ਦੀ ਇੱਕ ਦੂਜੇ ਨਾਲ ਵੀ ਕੋਈ ਪੁਰਾਣੀ ਦੁਸ਼ਮਣੀ ਲੱਗਦੀ ਆਉਂਦੀ ਹੈ, ਲਾਗ ਡਾਟ ਦੀ? ਸਿਰਫ ਫੇਮ ਲੈਣ ਦਾ ਤਰੀਕਾ। ਅੱਜ ਆਪਾਂ ਉਹਨਾਂ ਬਾਰੇ ਗੱਲ ਕਰ ਰਹੇ ਹਾਂ, ਕਿਉਂ? ਕਿਉਂਕਿ ਉਹਨਾਂ ਦੋਵਾਂ ਬੰਦਿਆਂ ਨੇ ਇੱਕ ਦੂਜੇ ਬਾਰੇ ਬੋਲਿਆ, ਠੀਕ ਹੈ ਨਾ। ਅੱਜ ਤੁਹਾਡੇ ਚੈਨਲ 'ਤੇ ਵੀਡੀਓ ਚੜ੍ਹ ਜੂਗੀ, ਹਜ਼ਾਰਾਂ ਵਿਊ ਆ ਜਾਣਗੇ, ਹਜ਼ਾਰ ਬੰਦਾ ਹੋਰ ਜਾਣੂਗਾ ਵੀ ਇਹ ਵੀ ਕੋਈ ਗੱਲ ਹੋਈ ਹੈ। ਸਭ ਫੇਮ ਲੈਣ ਦੇ ਤਰੀਕੇ ਨੇ, ਇਹਨਾਂ ਦੀ ਕੋਈ ਦੁਸ਼ਮਣੀ ਨਹੀਂ, ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਗਾਇਕੀ ਦੇ ਨਾਲ ਇਹ ਲੋਕਾਂ ਨੂੰ ਸੰਤੁਸ਼ਟ ਕਰਨ ਗਏ, ਹੁਣ ਇਹਨਾਂ ਨੇ ਲੋਕਾਂ ਨੂੰ ਸੰਤੁਸ਼ਟ ਕਰਨਾ ਹੈਗਾ ਇਹਨਾਂ ਫੇਮ ਤਰੀਕਿਆਂ ਨਾਲ, ਇਹਨਾਂ ਪ੍ਰੋਪੋਗੰਡਿਆਂ ਦੇ। ਮੇਨ ਗੱਲ ਤਾਂ ਵੀਰੇ ਇਹੀ ਹੈ, ਉਹ ਆਪਸ 'ਚ ਮਤਲਬ ਫੇਮਸ ਹੋਣ ਦੇ ਮਾਰੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਕਿ ਤਾਂ ਵਿੱਚੋਂ ਵਿੱਚ ਉਹਨਾਂ ਦੀ ਆਪਸ 'ਚ ਬਣਦੀ ਹੋਵੇ ਉਹ ਸਟੇਜ 'ਤੇ, ਉਹ ਇੱਕ ਦੂਜੇ ਨੂੰ ਗਲਤ ਬੋਲੀ ਜਾਂਦੇ ਨੇ, ਫੇਮਸ ਹੋ ਜਾਂਦੇ ਨੇ ਵੀ ਹਾਂ ਮੇਰਾ ਇਹ ਗਾਣਾ ਲੀਕ ਕਰਤਾ, ਤਾਂ ਹੀ ਜਿਵੇਂ ਐਵੇਂ ਜੈਲਸੀ ਫੈਕਟਰ ਹੋ ਗਿਆ ਇੱਕ ਟਾਈਪ ਦਾ, ਜਿਵੇਂ ਉਹ ਯਾਰ ਮਿਊਜ਼ਿਕ ਇੰਡਸਟਰੀ ਬਿਲਕੁਲ ਪੋਲੀਟਿਕਸ ਬਣਾਤਾ ਕਿ ਹਾਂ ਅੰਦਰੋਂ ਵਿੱਚ ਹੀ ਸਾਰੇ ਇਕੱਠੇ ਨੇ ਆਪਦੇ ਵਿੱਚ, ਤਾਂ ਮਤਲਬ ਦੋਸਤੀ ਹੁੰਦੇ, ਮਤਲਬ ਦੁਨੀਆ ਇਹਨਾਂ ਵਿੱਚ ਲੜਦੇ ਰਹਿੰਦਾ। ਹੁਣ ਜਿਵੇਂ ਸਾਡੇ ਰੂਮ 'ਚ ਹੀ ਹੈ ਇੱਕ, ਆ ਕੇ ਸਾਨੂੰ ਕਹੋ ਤੁਸੀਂ ਮੱਚ ਦਿਓ ਮੂਸੇਵਾਲਾ ਤਾਂ ਇਹ ਕਰ ਦਿਓ, ਯਾਰ ਸਾਨੂੰ ਕਰਨ ਔਜਲਾ ਵੀ ਉਹ ਜਿਹਾ, ਮੂਸੇਵਾਲਾ ਵੀ ਉਹ ਜਿਹਾ, ਤਾਂ ਸਾਰੇ ਸੁਣਦੇ ਸਾਨੂੰ, ਕਿਸੇ ਨਾਲ ਕੋਈ ਉਹ ਨਹੀਂ ਹੈਗਾ ਵੈਰ ਨਹੀਂ। ਹਾਂ ਇਹ ਵੀ ਹੈਗਾ ਵੀ ਫੈਨਸ ਵੀ ਲੜਦੇ ਆ, ਬਿਲਕੁਲ ਮਤਲਬ ਲੜਦੇ ਨਹੀਂ ਕਹਿ ਸਕਦੇ ਅਸੀਂ ਵੀ, ਟੌਂਚ ਬਾਜ਼ੀਆਂ ਹੋ ਜਾਂਦੀਆਂ ਆਪਸ 'ਚ, ਮਤਲਬ ਜਿਵੇਂ ਗਾਲੀ ਗਲੋਚ ਵੀ ਹੋ ਜਾਂਦੇ ਆ ਕੁਛ ਨੇ, ਮਤਲਬ ਇੱਕ ਸਿੰਗਰ ਨੂੰ ਕਹਿਤਾ ਤਾਂ ਉਹਦੇ ਫੈਨ ਅੱਗੇ 4 ਕਮੈਂਟ ਕਰਨਗੇ ਉਹਦੇ ਖਿਲਾਫ, ਆਪਸ ਦੇ ਵਿੱਚ ਨੀਚੇ ਗਾਲੀ ਗਲੋਚ ਵੀ ਚੱਲਦਾ ਰਹਿੰਦਾ ਵੀ ਉਹ ਮਤਲਬ ਜ਼ਿਆਦਾ ਐਕਸਾਈਟਡ ਹੁੰਦੇ ਆ ਉਸ ਚੀਜ਼। ਸੋਸ਼ਲ ਮੀਡੀਆ ਦੀ ਗੱਲ ਕਰ, ਅੱਛਾ ਹਾਂਜੀ ਇਹ ਵੀ ਗੱਲ ਤੁਹਾਡੀ ਸਹੀ ਹੈ, ਇਹ ਵੀ ਆਪਣਾ ਆਪਣਾ ਇੱਕ ਗੁਬਾਰ ਹੁੰਦਾ ਆਮ ਜਨਤਾ ਦਾ। ਮੈਂ ਸਿਰਫ ਆਮ ਜਨਤਾ ਨੂੰ ਲੈ ਕੇ ਚੱਲ ਰਹੇ ਕਹਿਣ ਦੀ ਮੇਰੀ ਕੋਸ਼ਿਸ਼ ਆ ਵੀ ਸਾਡੇ ਵਰਗੇ ਜਿਹੜੇ ਕੋਮਨ ਲੋਕ ਨੇ ਉਹ ਇਹੀ ਵੀ ਇੱਕ ਫੈਨ ਦੀ ਕੋਈ ਫੀਲਿੰਗ ਆਪਾਂ ਕਿਸੇ ਨੂੰ ਉਹ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਵੀ ਕੰਮ ਫੈਨਸ ਨਾਲ ਕਨੈਕਟ ਰਹਿਣਾ ਹੁੰਦਾ। ਸੋ ਬਟ ਹਾਂ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਅਬਿਊਜ਼ ਲੈਂਗੁਏਜ ਕਦੇ ਵੀ ਯੂਜ਼ ਨਹੀਂ ਕਰਨੀ ਚਾਹੀਦੀ, ਚਾਹੇ ਉਹ ਸੋਸ਼ਲ ਮੀਡੀਆ ਚਾਹੇ ਉਹ ਤੁਹਾਡੀ ਰੀਅਲ ਲਾਈਫ ਹੈ। ਅਬਿਊਜ਼ ਲੈਂਗੁਏਜ ਦਾ ਕੰਟਰੋਵਰਸੀ ਨਾਲ ਠੀਕ ਹੈ ਬਹੁਤ ਸਾਰਾ ਕਨੈਕਟ ਆ, ਬਟ
ਇਸੀ ਚੀਜ਼ ਨੂੰ ਲੈ ਕੇ ਈਵਨ ਤੂੰ ਤੂੰ ਮੈਂ ਹੋ ਗਈ ਸੀ ਮੁੰਡਿਆਂ 'ਚ ਕਿ ਬਈ ਤੂੰ ਸਪੋਰਟ ਉਹਨੂੰ ਕਰਦਾ, ਮੂਸੇ ਵਾਲਾ ਹਵਾ ਕਰਦਾ, ਨਹੀਂ ਕਰਨਾ ਉਹ ਜਲਾਇਆ ਵੀਰੇ। ਇਹ ਚੀਜ਼ ਹੀ ਮਤਲਬ ਸਿਸਟਮ ਨੂੰ ਖਰਾਬ ਕਰ ਰਹੀਆਂ ਨੇ। ਆਪਾਂ ਨੂੰ ਆਪਣੀ ਸੋਚ ਨਾਲ ਕੰਮ ਲੈਣਾ ਚਾਹੁੰਦੇ ਕਿ ਉਹ ਤਾਂ ਯਾਰ ਸਟਾਰ ਨੇ, ਉਹਨਾਂ ਕੋਲ ਸਭ ਕੁਛ ਹੈ, ਆਪਾਂ ਆਪਣਾ ਫਿਊਚਰ ਬਣਾਉਣਾ, ਠੀਕ ਹੈ ਆਪਾਂ ਇਸ ਚੀਜ਼ ਨੂੰ ਬਾਹਰ ਨਿਕਲ ਕੇ, ਠੀਕ ਹੈ ਆਪਾਂ ਲਾਈਕ ਕਰਦੇ ਹਾਂ ਗਾਣੇ ਦੋਨਾਂ ਦੇ ਵਧੀਆ ਨੇ, ਮੂਸੇ ਵਾਲੇ ਦੇ ਵੀ ਵਧੀਆ ਨੇ, ਕਰਨ ਔਜਲੇ ਦੇ ਵਧੀਆ ਨੇ, ਕੰਟਰੋਵਰਸੀ ਵਾਲੀ ਕੋਈ ਗੱਲ ਨਹੀਂ ਇਸ 'ਚ। ਡਿਪੈਂਡ ਕਰਦਾ ਕਿ ਆਪਾਂ ਉਸ ਚੀਜ਼ ਨੂੰ ਆਪਣੇ ਮਤਲਬ ਬੈਟਰਮੈਂਟ ਲਈ ਲੈਂਦੇ ਹਾਂ ਕਿ ਆਪਾਂ ਡਿਟਰੋਇਟ ਕਰਦੇ ਹਾਂ ਉਹ ਚੀਜ਼ ਨੂੰ, ਡਿਪੈਂਡ ਕਰਦਾ ਬਾਈ। ਸਭ ਤੋਂ ਪਹਿਲਾਂ ਤਾਂ ਨਾ ਇਹ ਜਿਹੜਾ ਸੋਸ਼ਲ ਮੀਡੀਆ ਹੈ, ਤੁਸੀਂ ਹੋ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਮੰਨ ਗਿਆ, ਸਲਿਊਟ ਯੂ, ਬਟ ਜਿਹੜੇ ਅਨਪੜ੍ਹ ਨੇ ਸਾਲੇ, ਜਿਨ੍ਹਾਂ ਨੂੰ ਪਤਾ ਨਹੀਂ ਵੀ ਕੀ ਦਿਖਾਉਣਾ ਜਨਤਾ ਨੂੰ ਕੀ ਨਹੀਂ ਦਿਖਾਉਣਾ, ਸਭ ਤੋਂ ਪਹਿਲਾਂ ਤੁਹਾਡਾ ਸੋਸ਼ਲ ਮੀਡੀਆ ਜਿਹੜਾ ਕਾਊਂਟ ਕਰਦਾ, ਬਲੇਮ ਕਰਦਾ, ਮੈਂ ਬਲੇਮ ਕਰਦਾ ਸਿੱਧਾ, ਇਹਨੂੰ ਸੁਧਾਰੋ, ਤੁਹਾਡੇ ਹੱਥ 'ਚ ਹੈ, ਅਸੀਂ ਯੂਥ ਨੂੰ ਕੀ ਦਿਖਾਉਣਾ ਹੈ ਔਰ ਅਸੀਂ ਪੀਪਲਸ ਨੂੰ ਕੀ ਦਿਖਾਉਣਾ। ਇਹ ਤਾਂ ਸਾਲੇ ਨੰਗੇ ਨੇ ਲੀਡਰ, ਇਹ ਤਾਂ ਨੰਗੇ ਹੋ ਗਏ ਸਾਲੇ, ਖਾ ਖਾ ਕੇ ਮੁੱਕਰੀ ਜਾਂਦੇ ਆ। ਇੱਕ MLA ਆਪਣੀ ਜ਼ਿੰਦਗੀ ਦੌਰਾਨ ਵੀਰੇ ਪਤਾ ਕਿੰਨਾ ਖਾਂਦਾ, 5 ਕਰੋੜ ਤਾਂ ਉਹਨੂੰ ਉਂਝ ਵੈਸੇ ਦੇਤਾ, ਮਿਲ ਗਿਆ, ਬਹਿ ਗਿਆ ਚੁੱਪ ਕਰਕੇ, ਚੁੱਪ ਕਰਕੇ ਨਹੀਂ ਬਹਿੰਦਾ ਉਹ ਜਨਤਾ ਦਾ, ਉਹ ਲਾਈਫ ਟਾਈਮ ਤੱਕ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਕੱਢਦਾ, ਜਦ ਤੱਕ ਮਰਦਾ ਨਹੀਂ ਸਾਲਾ। ਜਨਤਾ ਆ ਪਈ ਆ ਯਾਰ, ਕੀ ਕਰੋਗੇ ਇਹਦਾ ਤੁਸੀਂ? ਜਿਹੜੇ ਪੜ੍ਹੇ ਲਿਖੇ ਆਪਣੇ ਵਰਗੇ, ਉਹ ਇਹਨਾਂ ਦੇ ਅੰਡਰ ਆ ਜਾਂਦੇ ਆ, ਹੈਂ ਸਲਿਊਟ ਮਾਰਨ ਜੋਗੇ ਰਹਿ ਜਾਂਦੇ ਯਾਰ, ਕੀ ਕਰੀਏ ਇਹਨਾਂ ਦਾ। ਇੱਕ ਚੀਜ਼ ਹੋਰ ਹੁੰਦੀ ਹੈ ਕਿ ਆਪਾਂ ਮਤਲਬ ਜਿੱਦਾਂ ਦਾ ਮਾਹੌਲ ਹੁੰਦਾ ਉਸ ਮੁਤਾਬਿਕ ਚੀਜ਼ਾਂ ਸੁਣਦੇ ਹਾਂ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਨੇ, ਪਰ ਅੰਦਰੋਂ ਜਿਹੜੀ ਚੀਜ਼ ਹੁੰਦੀ ਆ ਵੀ ਆਪਣੇ ਨਹੀਂ ਆਪਾਂ ਆਹ ਚੀਜ਼ ਪਸੰਦ ਕਰਦੇ ਹਾਂ ਵੀ ਉਹ ਮਤਲਬ ਬਹੁਤ ਸਾਰੇ ਲੋਕਾਂ ਤੋਂ ਪੁੱਛਿਆ ਕਹਿੰਦੇ ਵੀ ਅਸੀਂ ਨਹੀਂ ਅੰਦਰੋਂ ਹਲੇ ਵੀ ਲਾਭ ਹੀਰੇ ਵਰਗੇ ਮਤਲਬ ਉੱਦਾਂ ਦੇ ਸਿੰਗਰਾਂ ਦੇ ਫੈਨ ਹਾਂ, ਮਤਲਬ ਪੁਰਾਣੇ ਜਿਹੜੇ ਸੱਭਿਆਚਾਰਕ ਪਹਿਲਾਂ ਚੱਲਦੇ ਹੁੰਦੇ ਸੀ, ਕੀ ਤੁਹਾਨੂੰ ਕੀ ਲੱਗਦਾ ਵੀ ਉੱਦਾਂ ਦੀਆਂ ਚੀਜ਼ਾਂ ਦੁਬਾਰਾ ਆਉਣੀਆਂ ਚਾਹੀਦੀਆਂ ਨੇ? ਜਿੱਥੇ ਤੱਕ ਮੈਨੂੰ ਲੱਗਦਾ ਵੀ ਜੇ 100% ਦੇ ਵਿੱਚੋਂ ਲੈ ਕੇ ਚੱਲਦੇ ਹਾਂ ਤਾਂ 50% ਤੋਂ ਵੀ ਜ਼ਿਆਦਾ 85% ਜਿਹੜੇ ਲੋਕ ਨੇ ਉਹ ਹਲੇ ਵੀ ਪੁਰਾਣਾ ਮਿਊਜ਼ਿਕ ਹੀ ਪਸੰਦ ਕਰਦੇ ਨੇ। ਅੱਜ ਦਾ ਜਿਹੜਾ ਮਿਊਜ਼ਿਕ ਆ ਉਹ ਤੁਸੀਂ ਜੇ ਕਦੇ ਨੋਟ ਕੀਤਾ ਹੋਣਾ, ਉਹ ਪੁਰਾਣੀਆਂ ਕੰਪੋਜੀਸ਼ਨਸ, ਪੁਰਾਣੇ ਹੀ ਗੀਤ, ਪੁਰਾਣੇ ਹੀ ਲਿਰਿਕਸ ਨੇ ਜਿਹੜੇ ਉਹ ਨਵੇਂ ਲੋਕਾਂ ਦੇ ਸਾਹਮਣੇ ਸਾਡੀ ਨਵੀਂ ਯੂਥ ਨੂੰ ਪਸੰਦ ਨੇ, ਉਹੀ ਨੇ। ਤਾਂ ਮੋਸਟਲੀ ਦੇਖਿਆ ਜਾਵੇ ਤਾਂ ਕੁਛ ਕੁ ਉਹਦੇ 'ਚ ਚੇਂਜ ਕਰਕੇ ਸਾਡੇ ਮੂਹਰੇ ਪੇਸ਼ ਕੀਤਾ, ਸਾਰਾ ਕੁਛ ਪੁਰਾਣਾ ਹੀ ਹੈ। ਤਾਂ ਜੇ ਪੁਰਾਣਾ ਕਿਹੜੇ ਵੀ ਤਰੀਕੇ ਨਾਲ ਸਾਡੇ ਕੋਲ ਆ ਰਿਹਾ ਤਾਂ ਆ ਹੀ ਰਿਹਾ, ਆਉਣਾ ਚਾਹੀਦਾ ਨਹੀਂ ਚਾਹੀਦਾ ਇਹ ਵੀ ਆਮ ਲੋਕ ਹੀ ਡਿਸਾਈਡ ਕਰ ਸਕਦੇ ਆ, ਹੈ ਨਾ। ਤਾਂ ਜੇ ਚੱਲ ਰਿਹਾ ਦੈਟ ਮੀਨਸ ਆਉਣਾ ਚਾਹੀਦਾ, ਮੇਰੇ ਹਿਸਾਬ ਨਾਲ ਤਾਂ ਪੁਰਾਣਾ ਵੀ ਬੈਸਟ ਸੀਗਾ, ਹੁਣ ਨਵੇਂ ਦੇ ਵਿੱਚੋਂ ਸਵਾਦ ਹੀ ਨਹੀਂ ਰਿਹਾ, ਸਿਰਫ ਕੰਨਾਂ ਨੂੰ ਦਰਦ ਕਰਨ ਵਾਲੀਆਂ ਚੀਜ਼ਾਂ ਨੇ। ਪਰ ਇੱਕ ਇਹਦਾ ਦੋ ਮੂੰਹੀ ਗੱਲ ਹੋ ਜਾਂਦੀ ਹੈ ਵੀ ਸਾਨੂੰ ਇਹ ਵੀ ਪਸੰਦ ਹੈ, ਇਹਦੇ 'ਤੇ ਵੀ ਅਸੀਂ ਡਾਂਸ ਕਰਦੇ ਹਾਂ, ਅਤੇ ਜਿੱਥੇ ਵਿਆਹ 'ਚ ਚਲੇ ਜਾਂਦੇ ਹਾਂ ਤਾਂ ਉੱਥੇ ਲੜ ਪੈਂਦੇ ਹਾਂ ਵੀ ਇਹੀ ਲਾਓ, ਉਹ ਨਹੀਂ ਲਾਉਣਾ, ਉਹ ਕੀ ਲਾਤਾ ਤੂੰ ਪੁਰਾਣੇ ਜ਼ਮਾਨੇ ਦਾ, ਇਹ ਲਾ, ਅਤੇ ਫਿਰ ਦੁਰਾਹੀ ਜਿਹੀ ਚੀਜ਼ ਆ ਇਹ, ਦੋਨੇ ਚੀਜ਼ਾਂ ਮਿਕਸਚਰ ਹੋਣਾ, ਮਿਕਸ ਚੱਲ ਰਹੀਆਂ ਨੇ। ਹਾਂ ਮੇਰੇ ਹਿਸਾਬ ਨਾਲ ਤਾਂ ਮਤਲਬ ਸਮੇਂ ਦੇ ਮੁਤਾਬਕ ਜਾਂ ਲਾ ਲਓ ਮਾਹੌਲ ਦੇ ਮੁਤਾਬਕ ਜੋ ਚੀਜ਼ ਬੈਸਟ ਬੈਠਦੀ ਆ। ਹੁਣ ਜੇ ਮੰਨ ਲਓ ਅਸੀਂ ਘੋੜੀਆਂ ਗਾਣੀਆਂ ਨੇ ਵੀਰ ਦੀਆਂ, ਪੁਰਾਣੀਆਂ ਬੁੜੀਆਂ ਬੈਠੀਆਂ ਨੇ, ਉੱਥੇ ਜਾ ਕੇ ਅਸੀਂ DJ ਲਾਉਣ ਲੱਗ ਜਾਈਏ, ਉੱਥੇ ਉਹ ਸਾਨੂੰ ਵੀ ਪਸੰਦ ਨਹੀਂ ਆਊਗਾ, ਹੈ ਨਾ। ਅਤੇ ਜਿੱਥੇ DJ ਹੈ ਸਾਰੇ ਲੋਕ ਨੱਚਣ ਲਈ ਤਿਆਰ ਨੇ, ਉੱਥੇ ਜੇ ਅਸੀਂ ਕੁਝ ਇਹੋ ਜਿਹਾ ਲਾ ਦਈਏ ਤਾਂ ਮੇਰੇ ਹਿਸਾਬ ਨਾਲ ਉਹ ਟਾਈਮ ਦੇ ਹਿਸਾਬ ਨਾਲ ਹਰੇਕ ਚੀਜ਼ ਵਧੀਆ ਲੱਗਦੀ ਹੈ ਮੈਨੂੰ ਲੱਗਦਾ। ਉਹੀ ਚੀਜ਼ ਆਉਣੀ ਚਾਹੀਦੀ ਤਾਂ ਕਿ ਸਾਰਾ ਯਾਰ ਬੰਦਾ ਆਪਦੇ ਪਰਿਵਾਰ 'ਚ ਬਹਿ ਕੇ ਜਿਹੜੇ ਗਾਣੇ ਸੁਣ ਸਕੇ ਨਾ ਉਹ ਆਉਣੇ, ਆਪਾਂ ਚਾਹੁੰਦੇ ਹਾਂ ਵੀ ਪਰਿਵਾਰਕ ਵੀ। ਹਾਂ ਅੱਜ ਦੇ ਗਾਣੇ ਆ ਯਾਰ, ਆ ਬੰਦੂਕਾਂ ਵਾਲੇ, ਬੰਦਾ ਮਾਰਤਾ ਕਿਸੇ ਦੀ ਧੀ ਭੈਣ ਚੱਕ ਲਈ, ਕਿੱਦਾਂ ਇਹ ਕਰ ਲਿਆ ਉਹ ਕਰ ਲਿਆ, ਇਹ ਆਪਾਂ ਘਰੇ ਬਹਿ ਕੇ ਸੁਣ ਸਕਦੇ ਹਾਂ ਤੁਸੀਂ ਆਪ ਇਸ। ਦੇਖੋ ਟਰੈਂਡ ਅਸਲ ਦੇ ਵਿੱਚ ਜਿਹੜੀ ਗਾਇਕੀ ਦਾ ਟਰੈਂਡ ਹੈ ਨਾ, ਉਹ ਲੋਕਾਂ ਦੀ ਮਾਨਸਿਕਤਾ 'ਤੇ ਨਿਰਭਰ ਕਰਦਾ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਵੀ ਲੋਕਾਂ ਦੀ, ਜਿਸ ਤਰ੍ਹਾਂ ਦੀ ਲੋਕਾਂ ਦੀ ਮਾਨਸਿਕਤਾ ਤੁਸੀਂ ਬਣਾ ਦੋਗੇ, ਜਿਸ ਤਰ੍ਹਾਂ ਦੀ ਸੁਸਾਇਟੀ ਹੋਊਗੀ, ਗਾਣੇ ਉਸ ਤਰੀਕੇ ਦੇ ਨਾਲ ਹੀ ਲੋਕਾਂ ਦੇ ਵੱਲੋਂ ਸੁਣੇ ਜਾਣਗੇ, ਠੀਕ ਹੈ ਨਾ। ਜਦਕਿ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਲਾਭ ਹੀਰੇ ਦਾ ਟਰੈਂਡ ਹੈ, ਦੇਖੋ ਮੇਰਾ ਇੱਕ ਨਿੱਜੀ ਅਨੁਭਵ ਇਹ ਹੈ ਵੀ ਗਾਇਕ ਕੋਈ ਚੰਗਾ ਜਾਂ ਮਾੜਾ ਨਹੀਂ ਹੁੰਦਾ ਹੈਗਾ। ਗਾਇਕ ਦੇ ਵਿੱਚ ਮੈਂ ਸਿਰਫ ਦੋ ਚੀਜ਼ਾਂ ਦੇਖਦਾ ਹੁੰਦਾ, ਇੱਕ ਤਾਂ ਇਹ ਕਿ ਉਹਦੀ ਆਵਾਜ਼ ਇਹੀ ਜੀ ਹੈ, ਬੁਲੰਦ ਆਵਾਜ਼ ਹੈਗੀ, ਆਵਾਜ਼ ਚੰਗੀ ਹੈ, ਅਤੇ ਦੂਜੀ ਗੱਲ ਇਹ ਕਿ ਉਹ ਜੋ ਗਾ ਰਿਹਾ ਉਹ ਇੱਕ ਚੰਗੀ ਗੱਲ ਗਾ ਰਿਹਾ, ਸੱਭਿਅਕ, ਜਾਂ ਤੁਸੀਂ ਸੱਭਿਅਕ ਨਹੀਂ ਕਹਿ ਸਕਦੇ ਤਾਂ ਇੱਕ ਇਹੋ ਜਿਹੀ ਗੱਲ ਕਿ ਜਿਹਨੂੰ ਤੁਸੀਂ ਸਮਾਜ ਦੇ ਵਿੱਚ ਕਰ ਸਕਦੇ ਹੋ, ਇਹੋ ਜਿਹੀ ਗੱਲ ਗਾ ਰਿਹਾ। ਦੋ ਚੀਜ਼ਾਂ ਦੇ ਨਾਲ ਮੈਂ ਇੱਕ ਚੰਗੇ ਗਾਇਕ ਦੀ ਪੜਚੋਲ ਕਰਦਾ, ਪਰ ਅੱਜ ਦੇ ਸਮੇਂ ਜਿਹੜੀ ਗਾਇਕ ਦੀ ਪੜਚੋਲ ਕੀਤੀ ਜਾਂਦੀ ਹੈ ਉਹ ਹੋਰ ਚੀਜ਼ਾਂ ਨੂੰ ਕੀਤੀ ਜਾਂਦੀ ਹੈ ਵੀ ਉਹ ਕੱਪੜੇ ਕਿਵੇਂ ਦੇ ਪਾਉਂਦਾ ਹੈਗਾ ਜੀ, ਉਹ ਬੋਲਦਾ ਕਿਸ ਢੰਗ ਦੇ ਨਾਲ, ਕਿ ਉਹ ਸਟੇਜ 'ਤੇ ਖੜ ਕੇ ਗਾਲਾਂ ਕੱਢਦਾ ਕਿ ਨਹੀਂ ਕੱਢਦਾ, ਹੇਅਰ ਸਟਾਈਲ ਕਿੱਦਾਂ ਦਾ, ਡਰੈਸਿੰਗ ਸੈਂਸ ਕਿੱਦਾਂ ਦੀ ਆ, ਇਹਨਾਂ ਚੀਜ਼ਾਂ ਤੋਂ ਮਤਲਬ ਗਾਇਕ ਦੇ ਅੰਦਾਜ਼ੇ ਲਾਏ ਜਾਂਦੇ ਨੇ। ਅਤੇ ਜਿਹੜੀ ਆਪਾਂ ਕਹਿ ਦਈਏ ਕਿ ਜੇ ਪਿਛਲਾ ਟਰੈਂਡ ਮੁੜ ਕੇ ਆਉਣਾ ਚਾਹੀਦਾ, ਦੇਖੋ ਇਹ ਸੁਸਾਇਟੀ 'ਚ ਕਦੇ ਵੀ ਨਹੀਂ ਹੁੰਦਾ ਹੈਗਾ ਵੀ ਪਿਛਲਾ ਟਰੈਂਡ ਦੁਬਾਰੇ ਮੁੜ ਕੇ ਆਉਂਦਾ ਹੋਵੇ, ਠੀਕ ਹੈ।
ਨਾ, ਮਤਲਬ ਹਰ ਸਮੇਂ ਲੋਕ ਕੁਛ ਨਾ ਕੁਛ ਨਵਾਂ ਭਾਲਦੇ ਨੇ। ਜੇ ਅੱਜ ਆਪਾਂ ਦੁਬਾਰੇ ਬੂਟ ਕੱਟ ਪੈਂਟਾਂ ਪਾਉਣ ਲੱਗੇ ਹਾਂ ਤਾਂ ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਆਪਾਂ ਬਦਲਾਵ ਕਰਕੇ ਫਿਰ ਪਾਉਣ ਲੱਗੇ ਹਾਂ, ਠੀਕ ਹੈ ਨਾ। ਕਦੇ ਵੀ ਪੁਰਾਣੀ ਚੀਜ਼ ਤੁਸੀਂ ਦੁਬਾਰੇ, ਮਤਲਬ ਬਹੁਤ ਘੱਟ ਚਾਂਸ ਨੇ ਵੀ ਲੋਕ ਵਾਪਸ ਲੈ ਕੇ ਆਉਂਦੇ ਹੋਣ। ਮਤਲਬ ਇਹ ਹੋ ਸਕਦਾ ਕਿ ਅਕਸਰ ਲੋਕ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਹੁਣ ਸਮਝ ਵੱਧਦੀ ਜਾ ਰਹੀ ਆ, ਯੂਥ ਪੜ੍ਹਨ ਲੱਗਿਆ ਗਾ, ਤਾਂ ਮਤਲਬ ਗਾਇਕੀ ਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ ਜਾ ਸਕਦਾ। ਗਾਇਕੀ ਭਾਵੇਂ ਉਹੀ ਜੀ ਨਾ ਹੋਵੇ ਪਰ ਇਸ ਤੋਂ ਚੰਗੀ ਹੋਵੇ, ਠੀਕ ਹੈ ਨਾ, ਚੰਗੀ ਹੋਵੇ। ਉਹ ਮਤਲਬ ਇਹ ਕੋਈ ਨਹੀਂ ਵੀ ਉਹਦੇ ਵਰਗੀ ਹੋਵੇ, ਇਹ ਤਾਂ ਹੋਰ ਤਰੀਕੇ ਦੀ ਹੋ ਸਕਦੀ ਆ ਪਰ ਚੰਗੀ ਹੋਵੇ। ਠੀਕ ਆ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਚਰਚਾ ਕਰਨ ਲਈ। ਥੈਂਕ ਯੂ, ਥੈਂਕ ਯੂ।